ਫਿਰੋਜ਼ਪੁਰ ਸ਼ਹਿਰ ਦੇ ਵਿੱਚ ਤਾਬੜ ਤੋੜ ਗੋਲੀਆਂ ਚੱਲੀਆਂ ਨੇ। ਤਿੰਨ ਲੋਕਾਂ ਦਾ ਕਤਲ ਕੀਤਾ ਗਿਆ, ਇੱਕੋ ਹੀ ਪਰਿਵਾਰ ਦੇ ਨਾਲ ਸੰਬੰਧਿਤ ਸਨ। ਦੋ ਸਕੇ ਭੈਣ ਭਰਾ ਤੇ ਇੱਕ ਚਚੇਰਾ ਭਰਾ, ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਬਦਮਾਸ਼ਾਂ ਨੇ ਕਾਰ ਦੇ ਤਿੰਨ ਪਾਸੇ ਤੋਂ ਤਾਬੜ ਤੋੜ ਗੋਲੀਆਂ ਚਲਾਈਆਂ ਨੇ। ਤਾਂ ਫਿਰੋਜ਼ਪੁਰ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ। ਤਿੰਨ ਲੋਕਾਂ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਤੇ ਗੋਲੀਆਂ ਚਲਾਈਆਂ ਨੇ। ਦਿਨ ਦਿਹਾੜੇ ਸ਼ਰੇਆਮ ਬਾਜ਼ਾਰ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਾਇਰਿੰਗ ਮੌਕੇ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋਈ ਹੈ। ਕਾਰ ਸਵਾਰ ਇੱਕ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ। ਦੋ ਜ਼ਖਮੀਆਂ ਨੇ ਹਸਪੀਟਲ ਦੇ ਵਿੱਚ ਪਹੁੰਚ ਕੇ ਦਮ ਤੋੜਿਆ। ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਬਾਹਰ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਨੂੰ ਘੇਰ ਲਿਆ ਤੇ ਅੰਨੇਵਾਹ ਫਾਇਰਿੰਗ ਕੀਤੀ ਹੈ। ਹਮਲਾਵਰਾਂ ਨੇ 20 ਦੇ ਕਰੀਬ ਰਾਊਂਡ ਫਾਇਰ ਕੀਤੇ ਨੇ। ਫਿਰੋਜ਼ਪੁਰ ਦੇ ਵਿੱਚ ਦਿਨ ਦਿਹਾੜੇ ਇਹ ਵੱਡੀ ਵਾਰਦਾਤ ਹੋਈ। ਤਿੰਨ ਲੋਕਾਂ ਦਾ ਕਤਲ ਕੀਤਾ ਗਿਆ। ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਨੂੰ ਘੇਰ ਲਿਆ, ਰੋਕ ਲਿਆ, ਫਿਰ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ। 20 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ ਨੇ। ਖੂਨ ਦੇ ਨਾਲ ਲੱਥਪੱਥ ਇਸ ਸਫੈਦ ਰੰਗ ਦੀ ਵਰਨਾ ਕਾਰ ਦੀ ਹਾਲਤ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨੀ ਵੱਡੀ ਇਹ ਵਾਰਦਾਤ ਹੋਈ ਹੈ। ਘਟਨਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਨੇੜੇ ਦੀ ਹੈ, ਜਿੱਥੇ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਦੇ ਵਿੱਚ ਜਾ ਰਹੇ ਪਰਿਵਾਰ ਤੇ ਫਾਇਰਿੰਗ ਕੀਤੀ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ, ਬਦਮਾਸ਼ਾਂ ਨੇ ਤਿੰਨ ਪਾਸਿਓਂ ਕਾਰ ਨੂੰ ਨਿਸ਼ਾਨਾ ਬਣਾਇਆ, ਗੋਲੀਆਂ ਚਲਾਈਆਂ। ਫਾਇਰਿੰਗ ਦੌਰਾਨ ਦੋ ਸਕੇ ਭੈਣ ਭਰਾ ਤੇ ਇੱਕ ਚਚੇਰੇ ਭਰਾ ਦੀ ਦਰਦਨਾਕ ਮੌਤ ਹੋਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਜੀ, ਜਿੰਨੇ ਜ਼ਖਮੀ ਨੇ ਉਹਨੂੰ ਹਸਪਤਾਲ ਲੈ ਕੇ ਜਾਇਆ ਗਿਆ। ਸਰ ਮੌਤ ਦੀ ਵੀ ਗੱਲ ਕੀਤੀ ਜਾ ਰਹੀ ਕਿ ਮਹਿਲਾ ਤੇ ਔਰਤ ਵੀ ਮੌਤ ਵੀ ਹੋਈ? ਹਜੇ ਕਨਫਰਮ ਨਹੀਂ ਕਰ ਸਕਦੇ, ਅਜੇ ਹਸਪਤਾਲ ਲੈ ਕੇ ਗਈ ਹਾਂ। ਸਾਰੇ ਜ਼ਖਮੀ ਜਿੰਨੇ ਗੱਡੀ ਵਿੱਚ ਮੌਜੂਦ ਸਨ ਉਹਨਾਂ ਨੂੰ ਉਸ ਤੋਂ ਬਾਅਦ ਤੁਹਾਨੂੰ ਕਨਫਰਮ ਕਰਕੇ ਕੁਝ ਦੱਸ ਸਕਦੇ। ਸਰ ਕਿੰਨੇ ਗੱਡੀ ਕੀ ਪੂਰਾ ਕੀ ਹਾਦਸਾ ਹੋਇਆ ਸਰ, ਇੱਕ ਵਾਰੀ ਰਿਪੀਟ ਕਰ ਦਿਓ। ਗੋਲੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸਰ, ਕਾਫੀ ਗੋਲ ਅਜੇ ਬਰਾਮਦ ਹੋਏ ਨੇ, ਉਹਨਾਂ ਦੀ ਗਿਣਤੀ ਕਰ ਰਹੇ ਕਿੰਨੇ ਗੋਲ ਇੱਥੋਂ ਬਰਾਮਦ ਹੋਏ। ਸਰ ਲੱਗ ਰਿਹਾ ਕੀ ਹਾਦਸਾ ਕੀ ਹੋਇਆ ਸਰ, ਇਸ ਬਾਰੇ ਕੋਈ ਕਲੀਅਰ ਨਹੀਂ ਦੱਸ ਸਕਦੇ ਅਜੇ ਤੱਕ, ਕਿਉਂਕਿ ਜੋ ਜ਼ਖਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਵੀ ਅਜੇ ਗੱਲਬਾਤ ਨਹੀਂ ਹੋ ਪਾਈ। ਉਹਨਾਂ ਸਾਰਿਆਂ ਨੂੰ ਇੰਸਟੈਂਟਲੀ ਜਿੰਨੇ ਸਿਵਲੀਅਨ ਸੀ ਆਸ ਪਾਸ ਹਸਪਤਾਲ ਲੈ ਗਏ ਜੀ, ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕਨਫਰਮ ਕਰਕੇ ਦੱਸ ਸਕਦੇ ਹਾਂ ਵੀ ਕੀ ਮਾਮਲਾ।